ਓਮ ਸ਼ਾਂਤੀ। ਅੱਜ 20/7/2024 ਦੀ ਬਾਣੀ ਹੈ। ਬਾਬਾ ਆਖਦੇ ਨੇ, ਮਿੱਠੇ ਬੱਚੇ, ਮਾਇਆ ਰਾਵਣ ਦੇ ਸੰਗ ਵਿੱਚ ਆ ਕੇ ਤੁਸੀਂ ਭਟਕ ਗਏ। ਪਵਿੱਤਰ ਬੂਟੇ ਅਪਵਿੱਤਰ ਬਣ ਗਏ, ਹੁਣ ਫਿਰ ਪਵਿੱਤਰ ਬਣੋ। ਅੱਜ ਬਾਬਾ ਨੇ ਆਪਣੇ ਬੱਚਿਆਂ ਨੂੰ ਪ੍ਰਸ਼ਨ ਪੁੱਛਿਆ, ਹਰ ਇੱਕ ਬੱਚੇ ਨੂੰ ਆਪਣੇ ਉੱਪਰ ਕਿਹੜਾ ਵੰਡਰ ਲੱਗਦਾ ਹੈ, ਬਾਪ ਨੂੰ ਬੱਚਿਆਂ 'ਤੇ ਕਿਹੜਾ ਵੰਡਰ ਲੱਗਦਾ ਹੈ। ਅੱਜ ਬਾਬਾ ਦਾ ਉੱਤਰ ਹੈ, ਬੱਚਿਆਂ ਨੂੰ ਵੰਡਰ ਲੱਗਦਾ ਹੈ ਕਿ ਅਸੀਂ ਕੀ ਸੀ, ਕਿਸ ਦੇ ਬੱਚੇ ਸੀ, ਅਜਿਹੇ ਬਾਪ ਦਾ ਸਾਨੂੰ ਵਰਸਾ ਮਿਲਿਆ ਸੀ, ਉਸ ਬਾਪ ਨੂੰ ਹੀ ਅਸੀਂ ਭੁੱਲ ਗਏ। ਰਾਵਣ ਆਇਆ, ਇੰਨੀ ਫਾਗੀ ਫਾਗੀ ਮਨਾ ਧੁੰਦ ਆ ਗਈ ਜੋ ਰਚਯਿਤਾ ਅਤੇ ਰਚਨਾ ਸਭ ਭੁੱਲ ਗਿਆ। ਬਾਪ ਨੂੰ ਬੱਚਿਆਂ 'ਤੇ ਵੰਡਰ ਲੱਗਦਾ, ਜਿੰਨਾ ਬੱਚਿਆਂ ਨੂੰ ਮੈਂ ਇੰਨਾ ਉੱਚਾ ਬਣਾਇਆ, ਰਾਜ ਭਾਗ ਦਿੱਤਾ, ਉਹੀ ਬੱਚੇ ਮੇਰੀ ਗੁਲਾਮੀ ਕਰਨ ਲੱਗ ਗਏ, ਰਾਵਣ ਦੇ ਸੰਗ ਵਿੱਚ ਆ ਕੇ ਸਭ ਕੁਛ ਗਵਾ ਦਿੱਤਾ। ਓਮ ਸ਼ਾਂਤੀ। ਕੀ ਸੋਚ ਰਹੇ ਹੋ? ਨੰਬਰਵਾਰ ਪੁਰਸ਼ਾਰਥ ਅਨੁਸਾਰ ਹਰ ਇੱਕ ਦੀ ਜੀਵ ਆਤਮਾ ਹੁਣ ਆਪਣੇ 'ਤੇ ਵੰਡਰ ਖਾ ਰਹੀ ਹੈ ਕਿ ਅਸੀਂ ਕੀ ਸੀ, ਕਿਸ ਦੇ ਬੱਚੇ ਸੀ ਅਤੇ ਬਰੋਬਰ ਬਾਪ ਤੋਂ ਵਰਸਾ ਮਿਲਿਆ ਸੀ, ਫਿਰ ਕਿਵੇਂ ਅਸੀਂ ਭੁੱਲ ਗਏ। ਅਸੀਂ ਸਤੋ ਪ੍ਰਧਾਨ ਦੁਨੀਆ ਵਿੱਚ ਸਾਰੇ ਵਿਸ਼ਵ ਦੇ ਮਾਲਕ ਸੀ, ਬਹੁਤ ਸੁਖੀ ਸੀ, ਫਿਰ ਅਸੀਂ ਪੌੜੀ ਉਤਰੇ, ਰਾਵਣ ਆਇਆ, ਗੋਇਆ ਇੰਨੀ ਫਾਗੀ ਆ ਗਈ ਜੋ ਰਚਤਾ ਔਰ ਰਚਨਾ ਨੂੰ ਅਸੀਂ ਭੁੱਲ ਗਏ। ਫਾਗੀ ਮਾਨਾ ਧੁੰਦ ਵਿੱਚ ਮਨੁੱਖ ਰਸਤਾ ਆਦਿ ਭੁੱਲ ਜਾਂਦੇ ਹੈ ਨਾ, ਤਾਂ ਅਸੀਂ ਵੀ ਭੁੱਲ ਗਏ, ਸਾਡਾ ਘਰ ਕਿੱਥੇ ਹੈ, ਕਿੱਥੋਂ ਦੇ ਰਹਿਣ ਵਾਲੇ ਸੀ। ਹੁਣ ਬਾਬਾ ਦੇਖ ਰਹੇ ਹੈ ਸਾਡੇ ਬੱਚੇ, ਜਿਨ੍ਹਾਂ ਨੂੰ ਅਸੀਂ ਅੱਜ ਤੋਂ 5000 ਵਰੇ ਪਹਿਲੇ ਰਾਜ ਭਾਗ ਦੇ ਕੇ ਗਏ ਸੀ, ਬੜੇ ਆਨੰਦ ਮੌਜ ਵਿੱਚ ਸੀ, ਇਹ ਜ਼ਮੀਨ ਫਿਰ ਕੀ ਹੋ ਗਈ, ਕਿਵੇਂ ਰਾਵਣ ਦੇ ਰਾਜ ਵਿੱਚ ਆ ਗਏ। ਪਰਾਏ ਰਾਜ ਵਿੱਚ ਤਾਂ ਸ਼ੁਰੂ ਜ਼ਰੂਰ ਦੁੱਖ ਹੀ ਮਿਲੇਗਾ, ਕਿੰਨੇ ਤੁਸੀਂ ਭਟਕੇ, ਅੰਧ ਸ਼ਰਧਾ ਵਿੱਚ ਬਾਪ ਨੂੰ ਲੱਭਦੇ ਰਹੇ, ਪਰੰਤੂ ਮਿਲੇ ਕਿੱਥੇ, ਜਿਸ ਨੂੰ ਪੱਥਰ ਠਿੱਕਰ ਵਿੱਚ ਪਾ ਦਿੱਤਾ ਤਾਂ ਮਿਲੇਗਾ ਫਿਰ ਕਿਵੇਂ। ਆਧਾ ਕਲਪ ਤੁਸੀਂ ਭਟਕ ਭਟਕ ਕੇ ਜਿਵੇਂ ਫਾ ਫਾ ਮਨਾ ਥੱਕ ਹੋ ਗਏ, ਆਪਣੇ ਹੀ ਅਗਿਆਨ ਦੀ ਵਜ੍ਹਾ ਨਾਲ ਰਾਵਣ ਰਾਜ ਵਿੱਚ ਤੁਸੀਂ ਕਿੰਨਾ ਦੁੱਖ ਭੁਗਤਿਆ ਹੈ, ਭਾਰਤ ਭਗਤੀ ਮਾਰਗ ਵਿੱਚ ਕਿੰਨਾ ਗਰੀਬ ਬਣ ਗਿਆ ਹੈ। ਬਾਪ ਬੱਚਿਆਂ ਵੱਲ ਵੇਖਦੇ ਹੈ ਤਾਂ ਖਿਆਲ ਆਉਂਦਾ ਹੈ ਭਗਤੀ ਮਾਰਗ ਵਿੱਚ ਕਿੰਨਾ ਭਟਕੇ ਹੈ। ਆਧਾ ਕਲਪ ਭਗਤੀ ਕੀਤੀ ਹੈ ਕਿਸ ਲਈ? ਭਗਵਾਨ ਨੂੰ ਮਿਲਣ ਲਈ। ਭਗਤੀ ਤੋਂ ਬਾਅਦ ਹੀ ਭਗਵਾਨ ਫਲ ਦਿੰਦੇ ਹੈ, ਕੀ ਦਿੰਦੇ ਹੈ ਉਹ ਤਾਂ ਕੋਈ ਜਾਣਦਾ ਨਹੀਂ, ਬਿਲਕੁਲ ਹੀ ਬੁੱਧੂ ਬਣ ਗਏ ਹੈ। ਇਹ ਸਾਰੀਆਂ ਗੱਲਾਂ ਬੁੱਧੀ ਵਿੱਚ ਆਉਣੀਆਂ ਚਾਹੀਦੀਆਂ ਹੈ। ਅਸੀਂ ਕੀ ਸੀ, ਫਿਰ ਕਿਵੇਂ ਰਾਜ ਭਾਗ ਕਰਦੇ ਸੀ, ਫਿਰ ਕਿਵੇਂ ਪੌੜੀ ਉਤਰਦੇ ਉਤਰਦੇ ਰਾਵਣ ਦੀਆਂ ਜੰਜੀਰਾਂ ਵਿੱਚ ਵੱਜਦੇ ਗਏ। ਬੇਸ਼ੁਮਾਰ ਦੁੱਖ ਸੀ ਪਹਿਲੇ ਪਹਿਲੇ, ਤੁਸੀਂ ਬੇਸ਼ੁਮਾਰ ਸੁੱਖ ਵਿੱਚ ਸੀ ਤਾਂ ਦਿਲ ਵਿੱਚ ਆਉਣਾ ਚਾਹੀਦਾ ਹੈ ਆਪਣੇ ਰਾਜ ਵਿੱਚ ਕਿੰਨਾ ਸੁੱਖ ਸੀ, ਫਿਰ ਪਰਾਏ ਰਾਜ ਵਿੱਚ ਕਿੰਨਾ ਦੁੱਖ ਭੁਗਤਿਆ। ਜਿਵੇਂ ਉਹ ਲੋਕ ਸਮਝਦੇ ਹੈ ਅੰਗਰੇਜ਼ਾਂ ਦੇ ਰਾਜ ਵਿੱਚ ਅਸੀਂ ਦੁੱਖ ਭੁਗਤਿਆ ਹੈ, ਹੁਣ ਤੁਸੀਂ ਬੈਠੇ ਹੋ ਅੰਦਰ ਵਿੱਚ, ਇਹ ਖਿਆਲ ਆਉਣਾ ਚਾਹੀਦਾ ਹੈ ਅਸੀਂ ਕੌਣ ਸੀ, ਕਿਸ ਦੇ ਬੱਚੇ, ਬਾਪ ਨੇ ਸਾਨੂੰ ਸਾਰੇ ਵਿਸ਼ਵ ਦਾ ਰਾਜ ਦਿੱਤਾ, ਫਿਰ ਕਿਵੇਂ ਅਸੀਂ ਰਾਵਣ ਰਾਜ ਵਿੱਚ ਜਕੜੇ ਗਏ, ਕਿੰਨੇ ਦੁੱਖ ਵੇਖੇ, ਕਿੰਨੇ ਗੰਦੇ ਕਰਮ ਕੀਤੇ। ਸ੍ਰਿਸ਼ਟੀ ਦਿਨ ਪ੍ਰਤੀ ਦਿਨ ਡਿੱਗਦੀ ਹੀ ਗਈ ਹੈ, ਮਨੁੱਖਾਂ ਦੇ ਸੰਸਕਾਰ ਦਿਨ ਪ੍ਰਤੀ ਦਿਨ ਕ੍ਰਿਮੀਨਲ ਹੁੰਦੇ ਗਏ ਹੈ, ਤਾਂ ਬੱਚਿਆਂ ਨੂੰ ਸ਼੍ਰੀਮਤ ਵਿੱਚ ਆਉਣਾ ਚਾਹੀਦਾ ਹੈ।
ਬਾਪ ਵੇਖਦੇ ਹੈ ਇਹ ਪਵਿੱਤਰ ਬੂਟੇ ਸੀ ਜਿਨ੍ਹਾਂ ਨੂੰ ਰਾਜਭਾਗ ਦਿੱਤਾ ਉਹ ਫਿਰ ਮੇਰੇ ਆਕੂਪੇਸ਼ਨ ਮਨਾ ਕੰਮ ਨੂੰ ਹੀ ਭੁੱਲ ਗਏ। ਹੁਣ ਤੁਸੀਂ ਫਿਰ ਤਮੋ ਪ੍ਰਧਾਨ ਤੋਂ ਸਤੋ ਪ੍ਰਧਾਨ ਬਣਨਾ ਚਾਹੁੰਦੇ ਹੋ ਤਾਂ ਮੈਨੂੰ ਬਾਪ ਨੂੰ ਯਾਦ ਕਰੋ ਤਾਂ ਸਾਰੇ ਪਾਪ ਘੱਟ ਜਾਣਗੇ। ਪਰੰਤੂ ਯਾਦ ਵੀ ਨਹੀਂ ਕਰ ਸਕਦੇ, ਘੜੀ ਘੜੀ ਕਹਿੰਦੇ ਹੈ ਬਾਬਾ ਅਸੀਂ ਭੁੱਲ ਜਾਂਦੇ ਹਾਂ। ਅਰੇ ਤੁਸੀਂ ਯਾਦ ਨਹੀਂ ਕਰੋਗੇ ਤਾਂ ਪਾਪ ਕਿਵੇਂ ਕੱਟਣਗੇ? ਇੱਕ ਤਾਂ ਤੁਸੀਂ ਵਿਕਾਰਾਂ ਵਿੱਚ ਡਿੱਗੇ, ਪਤਿਤ ਬਣੇ, ਅਤੇ ਦੂਜਾ ਫਿਰ ਬਾਪ ਨੂੰ ਗਾਲੀ ਦੇਣ ਲੱਗੇ। ਮਾਇਆ ਦੇ ਸੰਗ ਨਾਲ ਤੁਸੀਂ ਇੰਨਾ ਡਿੱਗੇ ਜੋ ਜਿਸ ਨੇ ਤੁਹਾਨੂੰ ਆਸਮਾਨ 'ਤੇ ਚੜ੍ਹਾਇਆ ਉਸਨੂੰ ਠਿੱਕਰ ਭਿੱਤਰ ਵਿੱਚ ਲੈ ਗਏ। ਮਾਇਆ ਦੇ ਸੰਗ ਨਾਲ ਤੁਸੀਂ ਅਜਿਹਾ ਕੰਮ ਕੀਤਾ ਹੈ, ਬੁੱਧੀ ਵਿੱਚ ਆਉਣਾ ਚਾਹੀਦਾ ਹੈ ਨਾ। ਇੱਕਦਮ ਪੱਥਰ ਬੁੱਧੀ 'ਤੇ ਨਹੀਂ ਬਣਨਾ ਚਾਹੀਦਾ। ਬਾਪ ਰੋਜ਼ ਰੋਜ਼ ਕਹਿੰਦੇ ਹੈ, ਮੈਂ ਫਸਟ ਕਲਾਸ ਪੁਆਇੰਟਸ ਤੁਹਾਨੂੰ ਸੁਣਾਉਂਦਾ ਹਾਂ। ਜਿਵੇਂ ਬੰਬੇ ਵਿੱਚ ਸੰਗਠਨ ਹੋਇਆ ਤਾਂ ਉਸ ਵਿੱਚ ਦੱਸ ਸਕਦੇ ਹਾਂ ਕਿ ਬਾਪ ਕਹਿੰਦੇ ਹੈ, ਹੇ ਭਾਰਤ ਵਾਸੀਓ, ਤੁਹਾਨੂੰ ਮੈਂ ਰਾਜਭਾਗ ਦਿੱਤਾ ਹੈ, ਤੁਸੀਂ ਦੇਵਤਾ ਹੈਵਨ ਵਿੱਚ ਸੀ, ਫਿਰ ਤੁਸੀਂ ਰਾਵਣ ਰਾਜ ਵਿੱਚ ਕਿਵੇਂ ਆਏ? ਇਹ ਵੀ ਡਰਾਮੇ ਵਿੱਚ ਪਾਠ ਹੈ। ਤੁਸੀਂ ਰਚਤਾ ਅਤੇ ਰਚਨਾ ਦੇ ਆਦਿ ਮੱਧਿਅੰਤ ਨੂੰ ਸਮਝੋ ਤਾਂ ਉੱਚ ਪਦਵੀ ਪਾ ਸਕੋ, ਅਤੇ ਮੈਨੂੰ ਯਾਦ ਕਰੋ ਤਾਂ ਤੁਹਾਡੇ ਵੀ ਕਰਮ ਵਿਨਾਸ਼ ਹੋਣ। ਇੱਥੇ ਭਾਵੇਂ ਸਾਰੇ ਬੈਠੇ ਹੈ ਪਰ ਕਿਸੇ ਦੀ ਬੁੱਧੀ ਵਿੱਚ ਕਿਤੇ ਅਤੇ ਕਿਸੇ ਦੀ ਬੁੱਧੀ ਕਿਤੇ ਹੈ। ਬੁੱਧੀ ਵਿੱਚ ਆਉਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਸੀ, ਹੁਣ ਅਸੀਂ ਪਰਾਏ ਰਾਵਣ ਰਾਜ ਵਿੱਚ ਆ ਕੇ ਪਏ ਹਾਂ ਤਾਂ ਕਿੰਨਾ ਦੁਖੀ ਹੋਏ ਹਾਂ। ਅਸੀਂ ਸ਼ਿਵਾਲਿਆ ਵਿੱਚ ਤਾਂ ਬਹੁਤ ਸੁਖੀ ਸੀ, ਹੁਣ ਬਾਪ ਆਏ ਹੈ ਵੈਸ਼ਾਲਿਆ ਤੋਂ ਕੱਢਣ ਤਾਂ ਵੀ ਨਿਕਲਦੇ ਹੀ ਨਹੀਂ। ਬਾਪ ਕਹਿੰਦੇ ਹੈ ਤੁਸੀਂ ਸ਼ਿਵਾਲਿਆ ਚਲੋਗੇ ਫਿਰ ਉੱਥੇ ਇਹ ਵਿਸ਼ ਨਹੀਂ ਮਿਲੇਗਾ। ਇੱਥੋਂ ਤਾਂ ਗੰਦਾ ਖਾਣਾ ਪੀਣਾ ਨਹੀਂ ਮਿਲੇਗਾ, ਇਹ ਤਾਂ ਵਿਸ਼ਵ ਦੇ ਮਾਲਿਕ ਸੀ ਨਾ, ਫਿਰ ਇਹ ਕਿੱਥੇ ਗਏ? ਫਿਰ ਤੋਂ ਆਪਣਾ ਰਾਜਭਾਗ ਲੈ ਰਹੇ ਹੈ, ਕਿੰਨਾ ਸਹਿਜ ਹੈ, ਇਹ ਤਾਂ ਬਾਪ ਸਮਝਾਉਂਦੇ ਹੈ। ਸਾਰੇ ਸੇਵਾਧਾਰੀ ਨਹੀਂ ਹੋਣਗੇ, ਨੰਬਰਵਾਰ ਰਾਜਧਾਨੀ ਸਥਾਪਨ ਕਰਨੀ ਹੈ ਜਿਵੇਂ 5000 ਸਾਲ ਪਹਿਲੇ ਕੀਤੀ ਸੀ। ਸਤੋ ਪ੍ਰਧਾਨ ਬਣਨਾ ਹੈ, ਬਾਪ ਕਹਿੰਦੇ ਹੈ ਇਹ ਹੈ ਤਮੋ ਪ੍ਰਧਾਨ, ਪੁਰਾਣੀ ਦੁਨੀਆ, ਐਕੂਰੇਟ, ਪੁਰਾਣੀ ਪੂਰੀ ਤਰ੍ਹਾਂ ਪੁਰਾਣੀ ਜਦੋਂ ਹੋਵੇਗੀ ਤਾਂ ਤੇ ਬਾਪ ਆਉਣਗੇ ਨਾ। ਬਾਪ ਬਿਨਾਂ ਤਾਂ ਕੋਈ ਸਮਝਾ ਨਹੀਂ ਸਕਦਾ। ਭਗਵਾਨ ਇਸ ਰੱਥ ਦੁਆਰਾ ਸਾਨੂੰ ਪੜ੍ਹਾ ਰਹੇ ਹੈ, ਇਹ ਯਾਦ ਰਹੇ ਤਾਂ ਵੀ ਬੁੱਧੀ ਵਿੱਚ ਗਿਆਨ ਹੋਵੇ, ਫਿਰ ਦੂਸਰਿਆਂ ਨੂੰ ਦੱਸ ਕੇ ਆਪ ਸਮਾਨ ਵੀ ਬਣਾਉਣ। ਬਾਪ ਸਮਝਾਉਂਦੇ ਹੈ ਪਹਿਲੇ ਤਾਂ ਤੁਹਾਡੇ ਕ੍ਰਿਮੀਨਲ ਕਰੈਕਟਰ ਸੀ ਜੋ ਮੁਸ਼ਕਿਲ ਸੁਧਰਦੇ ਹੈ, ਅੱਖਾਂ ਦੀ ਕ੍ਰਿਮੀਨੈਲਿਟੀ ਨਿਕਲਦੀ ਨਹੀਂ ਹੈ। ਇੱਕ ਤਾਂ ਕਾਮ ਦੀ ਕ੍ਰਿਮੀਨੈਲਿਟੀ ਉਹ ਮੁਸ਼ਕਿਲ ਛੁੱਟਦੀ ਹੈ, ਫਿਰ ਨਾਲ 5 ਵਿਕਾਰ ਹੈ, ਕ੍ਰੋਧ ਦੀ ਕ੍ਰਿਮੀਨੈਲਿਟੀ ਵੀ ਕਿੰਨੀ ਹੈ, ਬੈਠੇ ਬੈਠੇ ਭੂਤ ਆ ਜਾਂਦੇ ਹੈ, ਇਹ ਵੀ ਕ੍ਰਿਮੀਨੈਲਿਟੀ ਹੋਈ। ਸਿਵਲਾਈਜ਼ ਤਾਂ ਹੋਇਆ ਨਹੀਂ, ਨਤੀਜਾ ਕੀ ਹੋਵੇਗਾ? 100 ਗੁਣਾ ਪਾਪ ਚੜ੍ਹੇਗਾ, ਘੜੀ ਘੜੀ ਕ੍ਰੋਧ ਕਰਦੇ ਰਹੋਗੇ। ਬਾਪ ਸਮਝਾਉਂਦੇ ਹੈ ਤੁਸੀਂ ਹੁਣ ਰਾਵਣ ਰਾਜ ਵਿੱਚ ਤਾਂ ਨਹੀਂ ਹੋ ਨਾ, ਤੁਸੀਂ ਤਾਂ ਭਗਵਾਨ ਕੋਲ ਬੈਠੇ ਹੋ ਨਾ, ਤਾਂ ਇਹਨਾਂ ਵਿਕਾਰਾਂ ਤੋਂ ਛੁੱਟਣ ਦਾ ਪ੍ਰਣ ਕਰਨਾ ਹੈ। ਬਾਪ ਕਹਿੰਦੇ ਹੈ ਹੁਣ ਮੈਨੂੰ ਯਾਦ ਕਰੋ, ਕ੍ਰੋਧ ਨਹੀਂ ਕਰੋ, 5 ਵਿਕਾਰ ਤੁਹਾਨੂੰ ਆਦਾ ਕਲਪ ਡਿਗਾਉਂਦੇ ਆਏ ਹੈ। ਸਭ ਤੋਂ ਉੱਚੇ ਵੀ ਤੁਸੀਂ ਸੀ, ਸਭ ਤੋਂ ਵੱਧ ਡਿੱਗੇ ਵੀ ਤੁਸੀਂ ਹੋ, ਇਹਨਾਂ 5 ਭੂਤਾਂ ਨੇ ਤੁਹਾਨੂੰ ਡਿਗਾਇਆ ਹੈ। ਹੁਣ ਸ਼ਿਵਾਲਿਆ ਵਿੱਚ ਜਾਣ ਦੇ ਲਈ ਇਹਨਾਂ ਵਿਕਾਰਾਂ ਨੂੰ ਕੱਢਣਾ ਹੈ। ਇਸ ਵੈਸ਼ਾਲਿਆ ਤੋਂ ਦਿਲ ਹਟਾਉਂਦੇ ਰਹੋ,
ਬਾਪ ਨੂੰ ਯਾਦ ਕਰੋ ਤਾਂ ਅੰਤ ਮਤੀ ਸੁਗਤੀ ਹੋ ਜਾਵੇਗੀ। ਤੁਸੀਂ ਘਰ ਵਿੱਚ ਪਹੁੰਚ ਜਾਓਗੇ, ਹੋਰ ਕੋਈ ਵੀ ਇਹ ਰਸਤਾ ਦੱਸ ਨਹੀਂ ਸਕਦਾ। ਭਗਵਾਨ ਉਵਾਚ, ਮੈਂ ਤਾਂ ਕਦੇ ਵੀ ਕਹਿ ਰਿਹਾ ਨਹੀਂ ਕਿ ਮੈਂ ਸਰਵਿਆਪੀ ਹਾਂ, ਮੈਂ ਤਾਂ ਰਾਜਯੋਗ ਸਿਖਾਇਆ ਅਤੇ ਕਿਹਾ ਤੁਹਾਨੂੰ ਵਿਸ਼ਵ ਦਾ ਮਾਲਕ ਬਣਾਉਂਦਾ ਹਾਂ, ਫਿਰ ਉੱਥੇ ਤਾਂ ਇਹ ਨੌਲੇਜ ਦੀ ਲੋੜ ਹੀ ਨਹੀਂ ਰਹਿੰਦੀ। ਮਨੁੱਖ ਤੋਂ ਦੇਵਤਾ ਬਣ ਜਾਂਦੇ ਹੋ, ਤੁਸੀਂ ਵਰਸਾ ਪਾ ਲੈਂਦੇ ਹੋ, ਇਸ ਵਿੱਚ ਹੱਠ ਯੋਗ ਆਦਿ ਦੀ ਗੱਲ ਨਹੀਂ। ਆਪਣੇ ਨੂੰ ਆਤਮਾ ਸਮਝੋ। ਤੁਸੀਂ ਆਪਣੇ ਨੂੰ ਸਰੀਰ ਕਿਉਂ ਸਮਝਦੇ ਹੋ? ਸਰੀਰ ਸਮਝਣ ਨਾਲ ਫਿਰ ਗਿਆਨ ਲੈ ਨਹੀਂ ਸਕਦੇ, ਇਹ ਵੀ ਭਾਵੀ ਹੈ। ਤੁਸੀਂ ਸਮਝਦੇ ਹੋ ਅਸੀਂ ਰਾਵਣ ਰਾਜ ਵਿੱਚ ਸੀ, ਰਾਮ ਰਾਜ ਵਿੱਚ ਜਾਣ ਦੇ ਲਈ ਪੁਰਸ਼ਾਰਥ ਕਰ ਰਹੇ ਹਾਂ। ਹਲੇ ਅਸੀਂ ਪੁਰਸ਼ੋਤਮ ਸੰਗਮ ਯੁਗ ਵਾਸੀ ਹਾਂ, ਭਾਵੇਂ ਗ੍ਰਸਥ ਵਿੱਚ ਰਹੋ, ਇੰਨੇ ਸਭ ਇੱਥੇ ਕਿੱਥੇ ਰਹਿਣਗੇ? ਬ੍ਰਾਹਮਣ ਬਣ ਕੇ ਸਾਰੇ ਇੱਥੇ ਬ੍ਰਹਮਾ ਦੇ ਕੋਲ ਵੀ ਨਹੀਂ ਰਹਿ ਸਕਦੇ। ਰਹਿਣਾ ਵੀ ਆਪਣੇ ਘਰ ਵਿੱਚ ਹੈ ਅਤੇ ਬੁੱਧੀ ਨਾਲ ਸਮਝਣਾ ਹੈ। ਅਸੀਂ ਸ਼ੂਦਰ ਨਹੀਂ, ਅਸੀਂ ਬ੍ਰਾਹਮਣ ਹਾਂ। ਬ੍ਰਾਹਮਣਾਂ ਦੀ ਚੋਟੀ ਕਿੰਨੀ ਛੋਟੀ ਹੈ ਤਾਂ ਗ੍ਰਸਥ ਵਿੱਚ ਰਹਿੰਦੇ ਸਰੀਰ ਨਿਰਵਾਹ ਲਈ ਧੰਦਾ ਆਦਿ ਕਰਦੇ। ਸਿਰ ਬਾਪ ਨੂੰ ਯਾਦ ਕਰੋ, ਅਸੀਂ ਕੀ ਸੀ, ਹੁਣ ਅਸੀਂ ਪਰਾਏ ਰਾਜ ਵਿੱਚ ਬੈਠੇ ਹਾਂ। ਕਿੰਨਾ ਅਸੀਂ ਦੁਖੀ ਸੀ, ਹੁਣ ਬਾਬਾ ਸਾਨੂੰ ਫਿਰ ਲੈ ਜਾਂਦੇ ਹੈ ਤਾਂ ਗ੍ਰਸਥ ਵਿਵਹਾਰ ਵਿੱਚ ਰਹਿੰਦੇ ਉਹ ਅਵਸਥਾ ਬਣਾਉਣੀ ਹੈ। ਸ਼ੁਰੂ ਵਿੱਚ ਕਿੰਨੇ ਵੱਡੇ ਵੱਡੇ ਝਾੜ ਆਏ, ਫਿਰ ਉਹਨਾਂ ਵਿੱਚੋਂ ਕੋਈ ਰਿਹਾ, ਕੋਈ ਚਲੇ ਗਏ। ਤੁਹਾਡੀ ਬੁੱਧੀ ਵਿੱਚ ਹੈ ਅਸੀਂ ਆਪਣੇ ਰਾਜ ਵਿੱਚ ਸੀ, ਫਿਰ ਹੁਣ ਕਿੱਥੇ ਆਏ ਹੋਏ ਹਾਂ, ਫਿਰ ਆਪਣੇ ਰਾਜ ਵਿੱਚ ਜਾਂਦੇ ਹਾਂ। ਤੁਸੀਂ ਲਿਖਦੇ ਹੋ, ਕਹਿੰਦੇ ਹੋ ਬਾਬਾ ਫਲਾਨਾ ਬਹੁਤ ਚੰਗਾ ਰੈਗੂਲਰ ਸੀ, ਫਿਰ ਆਉਂਦੇ ਨਹੀਂ, ਨਹੀਂ ਆਉਂਦੇ ਤਾਂ ਮਤਲਬ ਵਿਕਾਰ ਵਿੱਚ ਡਿੱਗੇ, ਫਿਰ ਗਿਆਨ ਦੀ ਧਾਰਨਾ ਹੋ ਨਹੀਂ ਸਕਦੀ। ਉਤਨੀ ਅਤੇ ਉੱਨਤੀ ਦੇ ਬਦਲੇ ਡਿੱਗਦੇ ਡਿੱਗਦੇ ਪਾਈ ਪੈਸੇ ਦਾ ਪਦ ਪਾ ਲੈਣਗੇ। ਕਿੱਥੇ ਰਾਜਾ, ਕਿੱਥੇ ਛੋਟੀ ਪਦਵੀ? ਭਾਵੇਂ ਸੁੱਖ ਤਾਂ ਉੱਥੇ ਹੈ ਹੀ, ਪਰੰਤੂ ਪੁਰਸ਼ਾਰਥ ਕੀਤਾ ਜਾਂਦਾ ਹੈ ਊਚ ਪਦ ਪਾਉਣ ਦਾ। ਵੱਡਾ ਰੁਤਬਾ ਕੌਣ ਪਾ ਸਕਦਾ ਹੈ? ਇਹ ਤਾਂ ਹੁਣ ਸਾਰੇ ਸਮਝ ਸਕਦੇ ਹੈ, ਹਲੇ ਸਾਰੇ ਪੁਰਸ਼ਾਰਥ ਕਰ ਰਹੇ ਹੈ। ਕਿੰਗ ਮਹਿੰਦਰ ਭੋਪਾਲ ਦੇ ਵੀ ਪੁਰਸ਼ਾਰਥ ਕਰ ਰਿਹਾ ਹੈ। ਉਹ ਕਿੰਗ ਤਾਂ ਭਾਈ ਪੈਸੇ ਦਾ ਹੈ, ਇਹ ਤਾਂ ਸੂਰਜਵੰਸ਼ੀ ਘਰਾਣੇ ਵਿੱਚ ਜਾਣ ਵਾਲਾ ਹੈ। ਪੁਰਸ਼ਾਰਥ ਅਜਿਹਾ ਹੋਵੇ ਜੋ ਵਿਜੇ ਮਾਲਾ ਵਿੱਚ ਜਾ ਸਕੋ। ਬਾਪ ਬੱਚਿਆਂ ਨੂੰ ਸਮਝਾਉਂਦੇ ਹੈ, ਆਪਣੇ ਦਿਲ ਵਿੱਚ ਜਾਂਚ ਕਰਦੇ ਰਹਿਣਾ ਹੈ। ਸਾਡੀਆਂ ਅੱਖਾਂ ਕਿਤੇ ਕ੍ਰਿਮੀਨਲ 'ਤੇ ਨਹੀਂ ਹੁੰਦੀਆਂ ਹੈ। ਜੇਕਰ ਸਿਵਲਾਈਜ਼ਡ ਹੋ ਜਾਣ ਤਾਂ ਬਾਕੀ ਕੀ ਚਾਹੀਦਾ ਹੈ? ਭਾਵੇਂ ਵਿਕਾਰ ਵਿੱਚ ਨਹੀਂ ਜਾਣਗੇ, ਪਰੰਤੂ ਕੁਛ ਨਾ ਕੁਛ ਅੱਖਾਂ ਧੋਖਾ ਦਿੰਦੀਆਂ ਰਹਿੰਦੀਆਂ ਹੈ। ਨੰਬਰ 1 ਹੈ ਕਾਮ, ਕ੍ਰਿਮੀਨਲ ਆਈ ਬੜੀ ਖਰਾਬ ਹੈ, ਇਸ ਲਈ ਨਾਮ ਹੀ ਹੈ ਕ੍ਰਿਮੀਨਲ ਆਈਸ ਸਿਵਲਾਈਜ਼। ਬੇਹਦ ਦਾ ਬਾਪ ਬੱਚਿਆਂ ਨੂੰ ਜਾਣਦੇ ਤਾਂ ਹੈ ਨਾ, ਇਹ ਕੀ ਕੰਮ ਕਰਦੇ ਹੈ, ਕਿੰਨੀ ਸਰਵਿਸ ਕਰਦੇ ਹੈ। ਫਲਾਨੇ ਦੀ ਕ੍ਰਿਮੀਨਲ ਆਈ ਹਲੇ ਕਈਆਂ ਨਹੀਂ ਗਈਆਂ ਨਹੀਂ ਹੈ, ਹਲੇ ਤੱਕ ਅਜਿਹੇ ਗੁਪਤ ਸਮਾਚਾਰ ਆਉਂਦੇ ਹੈ। ਅੱਗੇ ਚੱਲ ਹੋਰ ਵੀ ਐਕੂਰੇਟ ਲਿਖਣਗੇ, ਖੁਦ ਵੀ ਮਹਿਸੂਸ ਕਰਨਗੇ, ਅਸੀਂ ਤਾਂ ਇਹਨਾਂ ਵਕਤ ਝੂਠ ਬੋਲਦੇ ਡਿੱਗਦੇ ਆਏ ਹਾਂ। ਗਿਆਨ ਪੂਰਾ ਬੁੱਧੀ ਵਿੱਚ ਬੈਠਿਆ ਨਹੀਂ ਸੀ, ਇਹੀ ਕਾਰਨ ਸੀ ਜੋ ਸਾਡੀ ਅਵਸਥਾ ਨਹੀਂ ਬਣੀ। ਬਾਪ ਤੋਂ ਅਸੀਂ ਲੁਕਦੇ ਸੀ, ਇਵੇਂ ਬਹੁਤ ਲੁਕਾਉਂਦੇ ਹੈ। ਸਰਜਨ ਤੋਂ 5 ਵਿਕਾਰਾਂ ਦੀ ਬਿਮਾਰੀ ਲੁਕਾਉਣੀ ਨਹੀਂ ਹੈ, ਸੱਚ ਦੱਸਣਾ ਚਾਹੀਦਾ ਹੈ। ਸਾਡੀ ਬੁੱਧੀ ਇਸ ਵੱਲ ਜਾਂਦੀ ਹੈ, ਸ਼ਿਵ ਬਾਬਾ ਵੱਲ ਨਹੀਂ ਜਾਂਦੀ। ਦੱਸਦੇ ਨਹੀਂ ਹੈ ਤਾਂ ਉਹ ਵੱਧਦੀ ਰਹਿੰਦੀ ਹੈ। ਹੁਣ ਬਾਪ ਸਮਝਾਉਂਦੇ ਹੈ, ਬੱਚੇ ਦੇਹੀ ਅਭਿਮਾਨੀ ਬਣ, ਆਪਣੇ ਨੂੰ ਆਤਮਾ ਸਮਝੋ। ਆਤਮਾ ਭਰਾ ਭਰਾ ਹੈ,
ਤੁਸੀਂ ਕਿੰਨੇ ਸੁਖੀ ਸੀ ਜਦੋਂ ਪੂਜਿਆ ਸੀ, ਹੁਣ ਤੁਸੀਂ ਪੁਜਾਰੀ ਦੁਖੀ ਬਣ ਗਏ ਹੈ, ਤੁਹਾਨੂੰ ਕੀ ਹੋ ਗਿਆ ਹੈ? ਸਾਰੇ ਕਹਿੰਦੇ ਹੈ ਇਹ ਗ੍ਰਹਸਥ ਆਸ਼ਰਮ ਤਾਂ ਪਰੰਪਰਾ ਤੋਂ ਚੱਲਿਆ ਆਇਆ ਹੈ। ਕਿ ਰਾਮ ਸੀਤਾ ਦੇ ਬੱਚੇ ਨਹੀਂ ਸੀ? ਲੇਕਿਨ ਉੱਥੇ ਵਿਕਾਰ ਨਾਲ ਬੱਚੇ ਨਹੀਂ ਹੁੰਦੇ। ਅਰੇ ਉਹ ਤਾਂ ਹੈ ਨਿਰਵਿਕਾਰੀ ਦੁਨੀਆ, ਉੱਥੇ ਭ੍ਰਿਸ਼ਟਾਚਾਰ ਨਾਲ ਪੈਦਾਇਸ਼ ਨਹੀਂ ਹੁੰਦੀ, ਵਿਕਾਰ ਨਹੀਂ ਸੀ, ਉੱਥੇ ਇਹ ਰਾਵਣ ਰਾਜ ਹੁੰਦਾ ਹੀ ਨਹੀਂ, ਉੱਥੇ ਤਾਂ ਰਾਮ ਰਾਜ ਹੈ। ਉੱਥੇ ਰਾਵਣ ਕਿੱਥੋਂ ਆਇਆ? ਮਨੁੱਖਾਂ ਦੀ ਬੁੱਧੀ ਪੂਰੀ ਤਰ੍ਹਾਂ ਚੱਟ ਖਾਤੇ ਵਿੱਚ ਹੈ। ਕਿਸ ਨੇ ਕੀਤੀ? ਮੈਂ ਤਾਂ ਤੁਹਾਨੂੰ ਸਤੋ ਪ੍ਰਧਾਨ ਬਣਾਇਆ ਸੀ, ਤੁਹਾਡਾ ਬੇੜਾ ਪਾਰ ਕੀਤਾ ਸੀ, ਫਿਰ ਤੁਹਾਨੂੰ ਤਮੋ ਪ੍ਰਧਾਨ ਕਿਸ ਨੇ ਬਣਾਇਆ? ਰਾਵਣ ਨੇ। ਇਹ ਵੀ ਤੁਸੀਂ ਭੁੱਲ ਗਏ ਹੋ, ਕਹਿੰਦੇ ਹੋ ਇਹ ਤਾਂ ਪਰੰਪਰਾ ਤੋਂ ਚੱਲਿਆ ਆਉਂਦਾ ਹੈ। ਅਰੇ ਕਦੋਂ ਤੋਂ? ਅਸੀਂ ਕੋਈ ਹਿਸਾਬ ਤਾਂ ਦੱਸੋ। ਕੁਛ ਵੀ ਸਮਝਦੇ ਨਹੀਂ। ਬਾਪ ਸਮਝਾਉਂਦੇ ਹੈ ਤੁਹਾਨੂੰ ਕਿੰਨਾ ਰਾਜ ਭਾਗ ਦੇ ਕੇ ਗਿਆ ਸੀ। ਤੁਸੀਂ ਭਾਰਤ ਵਾਸੀ ਬਹੁਤ ਹੀ ਸੁਖੀ ਖੁਸ਼ੀ ਵਿੱਚ ਸੀ, ਦੂਜਾ ਕੋਈ ਹੈ ਹੀ ਨਹੀਂ ਸੀ। ਕ੍ਰਿਸਚਨ ਵੀ ਕਹਿੰਦੇ ਹੈ ਪੈਰਾਡਾਈਜ਼ ਸੀ। ਚਿੱਤਰ ਵੀ ਦੇਵਤਿਆਂ ਦੇ ਹੈ, ਉਹਨਾਂ ਤੋਂ ਪੁਰਾਣੀ ਚੀਜ਼ ਤਾਂ ਕੋਈ ਹੈ ਨਹੀਂ। ਪੁਰਾਣੇ ਤੋਂ ਪੁਰਾਣਾ ਇਹ ਲਕਸ਼ਮੀ ਨਾਰਾਇਣ ਹੋਣਗੇ ਜਾਂ ਇਹਨਾਂ ਦੀ ਕੋਈ ਚੀਜ਼ ਹੋਵੇਗੀ। ਸਭ ਤੋਂ ਪੁਰਾਣਾ ਹੈ ਸ਼੍ਰੀ ਕ੍ਰਿਸ਼ਨ, ਨਵੇਂ ਤੋਂ ਨਵਾਂ ਵੀ ਸ਼੍ਰੀ ਕ੍ਰਿਸ਼ਨ ਸੀ। ਪੁਰਾਣਾ ਕਿਉਂ ਕਹਿੰਦੇ? ਕਿਉਂਕਿ ਪਾਸਟ ਹੋ ਗਿਆ ਨਾ। ਤੁਸੀਂ ਹੀ ਗੋਰੇ ਸੀ, ਫਿਰ ਸਾਵਲੇ ਬਣੇ। ਸਾਵਲੇ ਕ੍ਰਿਸ਼ਨ ਨੂੰ ਵੀ ਵੇਖ ਖੁਸ਼ ਹੁੰਦੇ ਹੈ, ਝੂਲੇ ਵਿੱਚ ਵੀ ਸਾਵਲੇ ਨੂੰ ਝੁਲਾਣਗੇ। ਉਹਨਾਂ ਨੂੰ ਕੀ ਪਤਾ ਕ੍ਰਿਸ਼ਨ ਗੋਰਾ ਕਦੋਂ ਸੀ, ਕ੍ਰਿਸ਼ਨ ਨੂੰ ਕਿੰਨਾ ਪਿਆਰ ਕਰਦੇ ਸੀ, ਰਾਧੇ ਨੇ ਕੀ ਕੀਤਾ। ਬਾਪ ਕਹਿੰਦੇ ਹੈ ਤੁਸੀਂ ਇੱਥੇ ਸੱਚੇ ਸੰਗ ਵਿੱਚ ਬੈਠੇ ਹੋ, ਬਾਹਰ ਕੁਸੰਗ ਵਿੱਚ ਜਾਣ ਨਾਲ ਫਿਰ ਭੁੱਲ ਜਾਂਦੇ ਹੋ। ਮਾਇਆ ਬਹੁਤ ਪਰਵਲ ਹੈ, ਗਜ ਨੂੰ ਗ੍ਰਾਹ ਹੱਪ ਕਰ ਲੈਂਦੇ ਹੈ। ਅਜਿਹਾ ਵੀ ਹੈ ਹੁਣੇ ਭੱਜੇ ਕੀ ਭੱਜੇ, ਥੋੜ੍ਹਾ ਵੀ ਆਪਣਾ ਹੰਕਾਰ ਆਉਣ ਨਾਲ ਹੋਰ ਹੀ ਸਤਿਆਨਾਸ਼ ਕਰ ਲੈਂਦੇ ਹੈ। ਬੇਹਦ ਦਾ ਬਾਪ ਤਾਂ ਸਮਝਾਉਂਦੇ ਰਹਿਣਗੇ, ਇਸ ਵਿੱਚ ਫੰਕ ਮਨਾ ਨਾਰਾਜ਼ ਨਹੀਂ ਹੋਣਾ ਚਾਹੀਦਾ। ਬਾਬਾ ਨੇ ਇਵੇਂ ਕਿਉਂ ਕਿਹਾ? ਸਾਡੀ ਇੱਜ਼ਤ ਗਈ। ਅਰੇ ਇੱਜ਼ਤ ਤਾਂ ਰਾਵਣ ਰਾਜ ਵਿੱਚ ਚੱਟ ਹੋ ਹੀ ਗਈ ਹੈ, ਦੇ ਅਭਿਮਾਨ ਵਿੱਚ ਆਉਣ ਨਾਲ ਆਪਣਾ ਹੀ ਨੁਕਸਾਨ ਕਰ ਦੇਣਗੇ, ਪਦ ਭ੍ਰਸ਼ਟ ਹੋ ਜਾਵੇਗਾ, ਕ੍ਰੋਧ ਲੋਭ ਵੀ ਕ੍ਰਿਮੀਨਲ ਆਈ ਹੈ। ਅੱਖਾਂ ਨਾਲ ਚੀਜ਼ ਵੇਖਦੇ ਹਾਂ ਤਾਂ ਵੀ ਤੇ ਲੋਭ ਹੁੰਦਾ ਹੈ। ਬਾਹ ਪਾ ਕੇ ਆਪਣਾ ਬਗੀਚਾ ਵੇਖਦੇ ਹੈ, ਕਿਸ ਕਿਸ ਕਿਸਮ ਦੇ ਫੁੱਲ ਹੈ, ਜਿੱਥੋਂ ਜਾ ਕੇ ਉਸ ਬਗੀਚੇ ਵਿੱਚ ਫੁੱਲਾਂ ਨੂੰ ਵੇਖਦੇ ਹੈ। ਸ਼ਿਵ ਬਾਬਾ ਨੂੰ ਫੁੱਲ ਵੀ ਬਰੋਬਰ ਚੜ੍ਹਾਉਂਦੇ ਹੈ, ਉਹ ਤਾਂ ਹੈ ਨਿਰਾਕਾਰ ਚੈਤਨਯ ਫੁੱਲ। ਤੁਸੀਂ ਹੁਣ ਪੁਰਸ਼ਾਰਥ ਕਰ ਅਜਿਹੇ ਫੁੱਲ ਬਣਦੇ ਹੋ। ਬਾਬਾ ਕਹਿੰਦੇ ਹੈ ਮਿੱਠੇ ਮਿੱਠੇ ਬੱਚਿਓ, ਜੋ ਕੁਛ ਬੀਤਿਆ ਉਸਨੂੰ ਡਰਾਮਾ ਸਮਝੋ, ਸੋਚੋ ਨਹੀਂ ਕਿੰਨੀ ਮਿਹਨਤ ਕਰਦੇ ਹੈ, ਉੱਥੇ ਤਾਂ ਕੁਛ ਵੀ ਨਹੀਂ ਠਹਿਰਦਾ ਨਹੀਂ। ਅਰੇ ਪ੍ਰਜਾ ਵੀ ਤਾਂ ਚਾਹੀਦੀ ਹੈ ਨਾ, ਥੋੜ੍ਹਾ ਜਿਹਾ ਵੀ ਸੁਣਿਆ ਤਾਂ ਉਹ ਪ੍ਰਜਾ ਹੋ ਗਈ। ਪ੍ਰਜਾ ਤਾਂ ਢੇਰ ਬਣਨੀ ਹੈ, ਗਿਆਨ ਕਦੇ ਵਿਨਾਸ਼ ਨਹੀਂ ਹੁੰਦਾ। ਇੱਕ ਵਾਰੀ ਸੁਣਿਆ ਸ਼ਿਵ ਬਾਬਾ ਹੈ ਤਾਂ ਹੀ ਬਸ ਪ੍ਰਜਾ ਵਿੱਚ ਆ ਜਾਣਗੇ। ਅੰਦਰ ਵਿੱਚ ਤੁਹਾਨੂੰ ਇਹ ਯਾਦ ਆਉਣੀ ਚਾਹੀਦੀ ਹੈ, ਅਸੀਂ ਜਿਸ ਰਾਜ ਵਿੱਚ ਸੀ ਉਹ ਫਿਰ ਤੋਂ ਹੁਣ ਪਾ ਰਹੇ ਹਾਂ। ਉਸ ਦੇ ਲਈ ਪੂਰਾ ਪੁਰਸ਼ਾਰਥ ਕਰਨਾ ਚਾਹੀਦਾ ਹੈ, ਬਿਲਕੁਲ ਐਕੂਰੇਟ ਸਰਵਿਸ ਚੱਲ ਰਹੀ ਹੈ। ਅੱਛਾ, ਮਿੱਠੇ ਮਿੱਠੇ ਸਿੱਕਿਲਾ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ, ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁਖਿਆ ਸਾਰ ਨਬਰਿਕਪੁਰ। ਸ਼ਿਵਾਲਿਆ ਵਿੱਚ ਜਾਣ ਲਈ
ਇਹਨਾਂ ਵਿਕਾਰਾਂ ਨੂੰ ਕੱਢਣਾ ਹੈ, ਇਸ ਵੈਸ਼ਾਲਿਆ ਤੋਂ ਦਿਲ ਹਟਾਉਂਦੇ ਜਾਣਾ ਹੈ, ਸ਼ੁਦਰਾਂ ਦੇ ਸੰਗ ਤੋਂ ਕਿਨਾਰਾ ਕਰ ਲੈਣਾ ਹੈ। ਨੰਬਰ ਦੂਜਾ, ਜੋ ਕੁਛ ਬੀਤਿਆ ਉਸਨੂੰ ਡਰਾਮਾ ਸਮਝ ਕੋਈ ਵੀ ਵਿਚਾਰ ਨਹੀਂ ਕਰਨਾ ਹੈ, ਹੰਕਾਰ ਵਿੱਚ ਕਦੇ ਨਹੀਂ ਆਉਣਾ ਹੈ, ਕਦੇ ਸਿੱਖਿਆ ਮਿਲਣ ਨਾਲ ਫੰਕ ਨਹੀਂ ਹੋਣਾ ਹੈ। ਵਰਦਾਨ ਹੈ ਅੱਜ ਦਾ, ਖੁਸ਼ੀਆਂ ਦੇ ਖਜ਼ਾਨੇ ਨਾਲ ਸੰਪੰਨ ਬਣ, ਦੁਖੀ ਆਤਮਾ ਨੂੰ ਖੁਸ਼ੀ ਦਾ ਦਾਨ ਦੇਣ ਵਾਲੇ ਪੁੰਨਿਆ ਆਤਮਾ ਭਵ। ਖੁਸ਼ੀਆਂ ਦੇ ਖਜ਼ਾਨੇ ਨਾਲ ਸੰਪੰਨ ਬਣ, ਦੁਖੀ ਆਤਮਾਵਾਂ ਨੂੰ ਖੁਸ਼ੀ ਦਾ ਖਜ਼ਾਨਾ ਦੇਣ ਵਾਲੇ ਪੁੰਨਿਆ ਆਤਮਾ ਭਵ। ਅੱਜ ਬਾਬਾ ਆਖਦੇ ਨੇ, ਜਿਸ ਸਮੇਂ ਦੁਨੀਆਂ ਵਿੱਚ ਹਰ ਸਮੇਂ ਦਾ ਦੁੱਖ ਅਤੇ ਤੁਹਾਡੇ ਕੋਲ ਹਰ ਸਮੇਂ ਦੀ ਖੁਸ਼ੀ ਹੈ, ਤਾਂ ਦੁਖੀ ਆਤਮਾ ਨੂੰ ਖੁਸ਼ੀ ਦੇਣਾ ਇਹ ਸਭ ਤੋਂ ਵੱਡਾ ਪੁੰਨਿਆ ਹੈ। ਦੁਨੀਆਂ ਵਾਲੇ ਖੁਸ਼ੀ ਦੇ ਲਈ ਕਿੰਨਾ ਸਮੇਂ ਸੰਪਤੀ ਖਰਚ ਕਰਦੇ ਹੈ, ਅਤੇ ਤੁਹਾਨੂੰ ਸਹਿਜ ਅਵਿਨਾਸ਼ੀ ਖੁਸ਼ੀ ਦਾ ਖਜ਼ਾਨਾ ਮਿਲ ਗਿਆ। ਹੁਣ ਸਿਰਫ ਜੋ ਮਿਲਿਆ ਹੈ ਉਸਨੂੰ ਵੰਡਦੇ ਜਾਓ। ਵੰਡਣਾ ਮਤਲਬ ਵਧਾਉਣਾ। ਜੋ ਵੀ ਸੰਬੰਧ ਵਿੱਚ ਆਉਣ ਉਹ ਅਨੁਭਵ ਕਰਨ ਕਿ ਇਹਨਾਂ ਨੂੰ ਕੋਈ ਸ੍ਰੇਸ਼ਟ ਪ੍ਰਾਪਤੀ ਹੋਈ ਹੈ। ਸਲੋਗਨ ਅੱਜ ਦਾ, ਅਨੁਭਵੀ ਆਤਮਾ ਕਦੀ ਵੀ ਕਿਸੇ ਨਾਲ ਗੱਲ ਧੋਖਾ ਨਹੀਂ ਖਾ ਸਕਦੀ, ਉਹ ਸਦਾ ਵਿਜੇ ਰਹਿੰਦੀ ਹੈ। ਅਨੁਭਵੀ ਆਤਮਾ ਕਦੀ ਵੀ ਕਿਸੇ ਗੱਲ ਨਾਲ ਧੋਖਾ ਨਹੀਂ ਖਾ ਸਕਦੀ, ਉਹ ਸਦਾ ਵਿਜੇ ਰਹਿੰਦੀ ਹੈ। ਓਮ ਸ਼ਾਂਤੀ।